ਇਹਨਾਂ ਨੂੰ ਕੁਰਸੀਆਂ ਚਾਹੀਦੀਆਂ, ਇਹਨਾਂ ਨੂੰ ਕੁਰਸੀਆਂ ਚਾਹੀਦੀਆਂ। ਖਹਿਰਾ ਸਾਹਿਬ ਹਜੇ ਕਾਂਗਰਸ ਚ ਹੋ, ਖਹਿਰਾ ਸਾਹਿਬ ਕਾਂਗਰਸ ਚ ਹੋ ਅੱਜ ਕੱਲ ਕਿੱਥੇ ਅੱਜ ਕੱਲ ਪਹਿਲਾਂ ਅਕਾਲੀਆਂ ਕੋਲੇ ਸੀ, ਮੈਂ ਤਾਂ ਖੜਾ ਛਡਾ ਲਿਆ ਸੀ, ਇਹ ਤੋਂ ਵੀ ਛਡਾ ਲਓ, ਇਹ ਮਾਂਜੂ ਤੁਹਾਨੂੰ, ਇਹ ਮਾਂਜੂ ਇਹ ਸਾਡੇ ਕੋਲ ਹੀ ਰਿਹਾ ਪਹਿਲਾਂ, ਸਾਡੇ ਕੋਲ ਰਿਹਾ ਸੀ, ਤੁਹਾਨੂੰ ਕਹਿੰਦੇ ਹਾਂ ਸਾਡਾ ਤਜਰਬਾ ਬਹੁਤ ਮਾੜਾ, ਇਹ ਤੁਹਾਨੂੰ ਮਾਂਜੂ ਸਾਰਿਆਂ ਨੂੰ ਦੇਖਿਓ। ਕਮਾਲ, ਮੈਂ ਕਹਿੰਦਾ ਸਪੀਕਰ ਤੇ, ਮੈਂ ਕਹਿੰਦਾ ਕੈਮਰੇ ਤੇ ਦਿਖਾਉਣਾ ਚਾਹੀਦਾ ਕਿ ਜਦੋਂ ਪੰਜਾਬ ਦੀ ਤਰੱਕੀ ਦੀ ਗੱਲ ਹੋ ਰਹੀ ਹੈ, ਬਿਜਲੀ ਮੁਫ਼ਤ ਦੀ ਗੱਲ ਹੋ ਰਹੀ ਹੈ, ਮੁਹੱਲਾ ਕਲੀਨਿਕਾਂ ਦੀ ਗੱਲ ਹੋ ਰਹੀ ਹੈ, ਜਦੋਂ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਦੀ ਗੱਲ ਹੋ ਰਹੀ ਹੈ, ਇੰਡਸਟਰੀ ਦੀ ਗੱਲ ਹੋ ਰਹੀ ਹੈ, ਉਸ ਵੇਲੇ ਕਾਂਗਰਸ ਕਹਿ ਰਹੀ ਹੈ ਸਾਨੂੰ ਕੁਰਸੀਆਂ ਦਵਾਓ, ਸਾਨੂੰ ਕੁਰਸੀਆਂ ਦਵਾਓ। ਆਪ ਅਸੀਂ ਆ ਦੇਖੋ ਹੱਸਦੇ, ਦੇਖੋ ਅਸੀਂ ਦੇਖੋ ਇੱਕ ਦੂਜੇ ਨਾਲ ਹੱਸਦੇ ਨੇ, ਓਏ ਆਪਾਂ ਦੇਖੋ ਐਂ ਕਹਿੰਦਾ, ਡਿਸਕਸ ਕਰੀਏ, ਆਪਾਂ ਸਮਾਂ ਬਰਬਾਦ ਕਰਦੇ ਆ ਉਹਦੇ ਲਈ, ਲੋਕ ਸਾਡੇ ਕੋਲੋਂ ਜਵਾਬ ਮੰਗਣਗੇ। ਇਹਨਾਂ ਨੇ ਜੋ ਮਰਜ਼ੀ ਕਰਨੀਆਂ ਗੱਲਾਂ, ਇਹਨਾਂ ਦੀਆਂ ਗੱਲਾਂ ਦਾ ਪੰਜਾਬ ਨਾਲ ਕੋਈ ਸੰਬੰਧ ਨਹੀਂ, ਇਹਨਾਂ ਦਾ ਬਿਜਲੀ ਮੁਫ਼ਤ ਨਾਲ ਕੋਈ ਸੰਬੰਧ ਨਹੀਂ, ਇਹਨਾਂ ਦਾ ਤੀਰਥ ਯਾਤਰਾਵਾਂ ਨਾਲ ਕੋਈ ਸੰਬੰਧ ਨਹੀਂ, ਇਹਨਾਂ ਦਾ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਏ ਇਹਨਾਂ ਨਾਲ ਕੋਈ ਸੰਬੰਧ ਨਹੀਂ, ਇਹਨਾਂ ਦਾ ਸਕੂਲ ਆਫ ਐਮੀਨੈਂਸ ਨਾਲ ਕੋਈ ਸੰਬੰਧ ਨਹੀਂ, ਇਹਨਾਂ ਦਾ ਆਮ ਆਦਮੀ ਕਲੀਨਿਕਾਂ ਨਾਲ ਕੋਈ ਸੰਬੰਧ ਨਹੀਂ, ਸਰ ਇਹਨਾਂ ਨੂੰ ਲੈਣਾ ਦੇਣਾ ਕੱਖ ਨਹੀਂ, ਬਸ ਇਹ ਤਾਂ ਕਹਿੰਦੇ ਸਾਨੂੰ ਕੁਰਸੀ ਦਵਾਓ, ਸਾਨੂੰ ਕੁਰਸੀ ਦਵਾਓ। ਉਹ ਮਿਲ ਨਹੀਂ ਸਕਦੀ, ਉਹ ਲੋਕ ਦਿੰਦੇ ਆ ਜੀ, ਉਹ ਲੋਕ ਦਿੰਦੇ ਆ, ਜੇ ਕਿਤੇ ਇਹਨਾਂ ਦੇ ਹੱਥ ਚ ਹੁੰਦੀ ਆ ਆਪ ਹੀ ਲੈ ਲੈਂਦੇ। ਸੋ ਇਸ ਕਰਕੇ ਮੈਂ ਤੁਹਾਨੂੰ ਧੰਨਵਾਦ ਦੇਣਾ ਚਾਹੁੰਦਾ ਕਿ ਤੁਸੀਂ ਮੈਨੂੰ ਅੱਜ ਬੋਲਣ ਦਾ ਮੌਕਾ ਦਿੱਤਾ। ਸਰ ਇਹਨਾਂ ਕਰਕੇ ਅਸੀਂ ਮੋਬਾਈਲ ਰਿਪੇਅਰ ਕਰਨ ਵਾਲੇ ਰਹੇ, ਇਹਨਾਂ ਦੀਆਂ ਸਰਕਾਰਾਂ ਕਰਕੇ ਅਸੀਂ ਮਟੀਰੀਅਲ ਬਣ ਗਏ, ਇਹਨਾਂ ਦੀਆਂ ਸਰਕਾਰਾਂ ਕਰਕੇ ਅਸੀਂ 150 ਰੁਪਇਆ 500 ਰੁਪਇਆ ਦਿਹਾੜੀ ਤੇ ਅਸੀਂ ਸਟੇਜਾਂ ਤੇ ਜਾਂਦੇ ਰਹੇ, ਅਸੀਂ ਆਪਣੀਆਂ ਮਿਹਨਤਾਂ ਨਾਲ ਆਪਣੀਆਂ ਪ੍ਰਾਪਤੀਆਂ ਕੀਤੀਆਂ, ਅਸੀਂ ਵੋਟਾਂ ਚ ਖੜੇ ਹੋਏ, ਅਸੀਂ ਇਹਨਾਂ ਵਾਂਗੂ ਪੈਸੇ ਨਹੀਂ ਵੰਡੇ, ਸਾਡੇ ਬਾਪੂਆਂ ਨੇ ਇਹਨਾਂ ਦੇ ਬਾਪੂਆਂ ਵਾਂਗੂ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਨਹੀਂ ਕੀਤੀ, ਅਸੀਂ ਤਾਂ ਕਰਕੇ ਮਟੀਰੀਅਲ ਹਾਂ ਜੀ, ਅਸੀਂ ਮਿਹਨਤੀ ਹਾਂ, ਅਸੀਂ ਕਾਮੇ ਹਾਂ, ਅਸੀਂ ਕਿਰਤੀ ਹਾਂ, ਇਹਨਾਂ ਨੂੰ ਮਟੀਰੀਅਲ ਲੱਗਦਾ, ਇਹਨਾਂ ਨੂੰ ਕੁਰਸੀਆਂ ਚਾਹੀਦੀਆਂ, ਇਹਨਾਂ ਨੂੰ ਕੁਰਸੀਆਂ ਚਾਹੀਦੀਆਂ। ਖਹਿਰਾ ਸਾਹਿਬ ਹਜੇ ਕਾਂਗਰਸ ਚ ਹੋ, ਖਹਿਰਾ ਸਾਹਿਬ ਕਾਂਗਰਸ ਚ ਹੋ ਅੱਜ ਕੱਲ ਕਿੱਥੇ ਅੱਜ ਕੱਲ ਪਹਿਲਾਂ ਅਕਾਲੀਆਂ ਕੋਲੇ ਸੀ, ਮੈਂ ਤਾਂ ਖੜਾ ਛਡਾ ਲਿਆ ਸੀ, ਇਹ ਤੋਂ ਵੀ ਛਡਾ ਲਓ, ਇਹ ਮਾਂਜੂ ਤੁਹਾਨੂੰ, ਇਹ ਮਾਂਜੂ ਇਹ ਸਾਡੇ ਕੋਲ ਹੀ ਰਿਹਾ ਪਹਿਲਾਂ, ਸਾਡੇ ਕੋਲ ਰਿਹਾ ਸੀ, ਤੁਹਾਨੂੰ ਕਹਿੰਦੇ ਹਾਂ ਸਾਡਾ ਤਜਰਬਾ ਬਹੁਤ ਮਾੜਾ, ਇਹ ਤੁਹਾਨੂੰ ਮਾਂਜੂ ਸਾਰਿਆਂ ਨੂੰ ਦੇਖਿਓ। ਕਮਾਲ, ਮੈਂ ਕਹਿੰਦਾ ਸਪੀਕਰ ਤੇ, ਮੈਂ ਕਹਿੰਦਾ ਕੈਮਰੇ ਤੇ ਦਿਖਾਉਣਾ ਚਾਹੀਦਾ ਕਿ ਜਦੋਂ ਪੰਜਾਬ ਦੀ ਤਰੱਕੀ ਦੀ ਗੱਲ ਹੋ ਰਹੀ ਹੈ, ਬਿਜਲੀ ਮੁਫ਼ਤ ਦੀ ਗੱਲ ਹੋ ਰਹੀ ਹੈ, ਮੁਹੱਲਾ ਕਲੀਨਿਕਾਂ ਦੀ ਗੱਲ ਹੋ ਰਹੀ ਹੈ, ਜਦੋਂ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਦੀ ਗੱਲ ਹੋ ਰਹੀ ਹੈ, ਇੰਡਸਟਰੀ ਦੀ ਗੱਲ ਹੋ ਰਹੀ ਹੈ, ਉਸ ਵੇਲੇ ਕਾਂਗਰਸ ਕਹਿ ਰਹੀ ਹੈ ਸਾਨੂੰ ਕੁਰਸੀਆਂ ਦਵਾਓ, ਸਾਨੂੰ ਕੁਰਸੀਆਂ ਦਵਾਓ। ਆਪ ਅਸੀਂ ਆ ਦੇਖੋ ਹੱਸਦੇ, ਦੇਖੋ ਅਸੀਂ ਦੇਖੋ ਇੱਕ ਦੂਜੇ ਨਾਲ ਹੱਸਦੇ ਨੇ, ਓਏ ਆਪਾਂ ਦੇਖੋ ਐਂ ਕਹਿੰਦਾ, ਡਿਸਕਸ ਕਰੀਏ, ਆਪਾਂ ਸਮਾਂ ਬਰਬਾਦ ਕਰਦੇ ਹਾਂ
ਉਹਦੇ ਲਈ ਲੋਕ ਸਾਡੇ ਕੋਲੋਂ ਜਵਾਬ ਮੰਗਣਗੇ। ਇਹਨਾਂ ਨੇ ਜੋ ਮਰਜ਼ੀ ਕਰਨੀਆਂ ਗੱਲਾਂ, ਇਹਨਾਂ ਦੀਆਂ ਗੱਲਾਂ ਦਾ ਪੰਜਾਬ ਨਾਲ ਕੋਈ ਸੰਬੰਧ ਨਹੀਂ, ਇਹਨਾਂ ਦਾ ਬਿਜਲੀ ਮੁਫਤ ਨਾਲ ਕੋਈ ਸੰਬੰਧ ਨਹੀਂ, ਇਹਨਾਂ ਦਾ ਤੀਰਥ ਯਾਤਰਾਵਾਂ ਨਾਲ ਕੋਈ ਸੰਬੰਧ ਨਹੀਂ, ਇਹਨਾਂ ਦਾ ਪ੍ਰਾਈਵੇਟ ਫਰਮਨ ਪਲਾਂਟ ਖਰੀਦ ਲਏ ਇਹਨਾਂ ਨਾਲ ਕੋਈ ਸੰਬੰਧ ਨਹੀਂ, ਇਹਨਾਂ ਦਾ ਸਕੂਲ ਆਫ ਐਮੀਨੈਂਸ ਨਾਲ ਕੋਈ ਸੰਬੰਧ ਨਹੀਂ, ਇਹਨਾਂ ਦਾ ਆਮ ਆਦਮੀ ਕਲੀਨਿਕਾਂ ਨਾਲ ਕੋਈ ਸੰਬੰਧ ਨਹੀਂ, ਸਰ ਇਹਨਾਂ ਨੂੰ ਲੈਣਾ ਦੇਣਾ ਕੱਖ ਨਹੀਂ, ਬਸ ਇਹ ਤਾਂ ਕਹਿੰਦੇ ਸਾਨੂੰ ਕੁਰਸੀ ਦਵਾਓ, ਸਾਨੂੰ ਕੁਰਸੀ ਦਵਾਓ। ਉਹ ਮਿਲ ਨਹੀਂ ਸਕਦੀ, ਉਹ ਲੋਕ ਦਿੰਦੇ ਆ ਜੀ, ਉਹ ਲੋਕ ਦਿੰਦੇ ਆ, ਜੇ ਕਿਤੇ ਇਹਨਾਂ ਦੇ ਹੱਥ ਚ ਹੁੰਦੀ ਆ ਆਪ ਹੀ ਲੈ ਲੈਂਦੇ। ਸੋ ਇਸ ਕਰਕੇ ਮੈਂ ਤੁਹਾਨੂੰ ਧੰਨਵਾਦ ਦੇਣਾ ਚਾਹੁੰਦਾ ਕਿ ਤੁਸੀਂ ਮੈਨੂੰ ਅੱਜ ਬੋਲਣ ਦਾ ਮੌਕਾ ਦਿੱਤਾ। ਸਰ ਇਹਨਾਂ ਕਰਕੇ ਅਸੀਂ ਮੋਬਾਈਲ ਰਿਪੇਅਰ ਕਰਨ ਵਾਲੇ ਰਹੇ, ਇਹਨਾਂ ਦੀਆਂ ਸਰਕਾਰਾਂ ਕਰਕੇ ਅਸੀਂ ਮਟੀਰੀਅਲ ਬਣ ਗਏ, ਇਹਨਾਂ ਦੀਆਂ ਸਰਕਾਰਾਂ ਕਰਕੇ ਅਸੀਂ 150-150 ਰੁਪਇਆ 500-500 ਰੁਪਇਆ ਦਿਹਾੜੀ ਤੇ ਅਸੀਂ ਸਟੇਜਾਂ ਤੇ ਜਾਂਦੇ ਰਹੇ, ਅਸੀਂ ਆਪਣੀਆਂ ਮਿਹਨਤਾਂ ਨਾਲ ਆਪਣੀਆਂ ਪ੍ਰਾਪਤੀਆਂ ਕੀਤੀਆਂ, ਅਸੀਂ ਵੋਟਾਂ ਚ ਖੜੇ ਹੋਏ, ਅਸੀਂ ਇਹਨਾਂ ਵਾਂਗੂ ਪੈਸੇ ਨਹੀਂ ਵੰਡੇ, ਸਾਡੇ ਬਾਪੂਆਂ ਨੇ ਇਹਨਾਂ ਦੇ ਬਾਪੂਆਂ ਵਾਂਗੂ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਨਹੀਂ ਕੀਤੀ, ਅਸੀਂ ਤਾਂ ਕਰਕੇ ਮਟੀਰੀਅਲ ਹਾਂ ਜੀ, ਅਸੀਂ ਮਿਹਨਤੀ ਹਾਂ, ਅਸੀਂ ਕੰਮ ਹਾਂ, ਅਸੀਂ ਕਿਰਤੀ ਹਾਂ, ਇਹਨਾਂ ਨੂੰ ਮਟੀਰੀਅਲ ਲੱਗਦਾ।